ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਅਤੇ ਪੰਜਾਬ ਬਾਰੇ ਪੰਜਾਬੀ ਅਖਬਾਰਾਂ ਵਿੱਚ ਕੀ ਛਪ ਰਿਹਾ ਹੈ, ਇਸੇ ਜਾਣਕਾਰੀ ਦੇ ਨਾਲ ਹਾਜ਼ਰ ਹਾਂ ਮੈਂ ਭੁਪਿੰਦਰ ਸਿੰਘ ਭਾਈ ਖੇਲ। ਪੰਜਾਬੀ ਅਖਬਾਰਾਂ 'ਚੋਂ ਪੰਜਾਬ ਦੀ ਖਬਰਸਾਰ ਦੇ ਇਸ ਅੰਕ ਵਿੱਚ ਬੀਤੇ ਹਫ਼ਤੇ ਦੀਆਂ ਪੰਜਾਬੀ ਅਖਬਾਰਾਂ ਵਿੱਚ ਛਪੀਆਂ ਪੰਥ ਅਤੇ ਪੰਜਾਬ ਨਾਲ ਜੁੜੀਆਂ ਹੋਈਆਂ ਮੁੱਖ ਖਬਰਾਂ ਅਤੇ ਤਬਸਰਾ। ਬੀਤੇ ਹਫ਼ਤੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਅੰਤਰਿਮ ਬਜਟ ਦੀਆਂ ਖਬਰਾਂ ਦੇ ਨਾਲ ਪੰਜਾਬੀ ਅਖਬਾਰਾਂ ਵਿੱਚ ਜੋ ਮੁੱਖ ਸੁਰਖੀਆਂ ਬਣੀਆਂ, ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਪਿੰਡ ਪਹੂਵਿੰਡ ਦੇ ਜੋੜ ਮੇਲੇ ਵਿੱਚ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸੰਤ ਚਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਤਸਵੀਰ ਜ਼ਬਰਨ ਲੁਹਾ ਕੇ ਮਾਹੌਲ ਖਰਾਬ ਕਰਨ ਦੀ ਜੋ ਕੋਸ਼ਿਸ਼ ਕੀਤੀ ਗਈ ਸੀ, ਉਸ ਨੂੰ ਸੂਝਵਾਨ ਸਿੱਖਾਂ ਨੇ ਕੀਤਾ ਨਾਕਾਮਯਾਬ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਭਗਵੰਤ ਮਾਨ ਨੂੰ ਉਹਨਾਂ ਦਾ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਕਾਂਡ 'ਤੇ ਕੀਤਾ ਵਾਅਦਾ ਦਿਵਾਇਆ ਯਾਦ, ਲੇਕਿਨ ਇਨਸਾਫ ਦੀ ਆਸ ਸਿਰਫ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ। ਦੂਜੇ ਪਾਸੇ ਕੋਟਕਪੂਰਾ ਅਤੇ ਬਹਿਬਲ ਕਲਾਂ ਫਾਇਰਿੰਗ ਮਾਮਲੇ ਦੇ ਦੋਸ਼ੀ IG ਪਰਮਰਾਜ ਸਿੰਘ ਉਮਰਾਨੰਗਲ ਨੂੰ ਹਾਈਕੋਰਟ ਨੇ ਕੀਤਾ ਬਹਾਲ। ਭਾਣਾ ਸਿੱਧੂ ਦੇ ਹੱਕ ਵਿੱਚ ਨੇਤਰੇ ਲੋਕਾਂ ਤੋਂ ਡਰੀ ਭਗਵੰਤ ਮਾਨ ਸਰਕਾਰ, ਚੱਕਾ ਜਾਮ ਤੋਂ ਪਹਿਲਾਂ ਹੀ ਕੀਤਾ ਆਗੂਆਂ ਨੂੰ ਗ੍ਰਿਫਤਾਰ। ਕੌਣ ਹੈ ਭਾਣਾ ਸਿੱਧੂ? ਸਰਕਾਰ ਨੇ ਕਿਉਂ ਫਸਾਇਆ ਹੈ ਉਸਨੂੰ? ਕਿਉਂ ਉਸਦੇ ਹੱਕ ਵਿੱਚ ਸੜਕਾਂ 'ਤੇ ਉਤਰੇ ਲੋਕ? ਇਹ ਸਭ ਵੀ ਰਿਹਾ ਅਖਬਾਰਾਂ ਦੀ ਚਰਚਾ ਦਾ ਵਿਸ਼ਾ। ਅਕਾਲੀ ਦਲ ਬਾਦਲ ਵੱਲੋਂ ਪੰਜਾਬ ਬਚਾਓ ਮਾਰਚ ਅਤੇ ਪੰਜਾਬ ਦੇ ਮੌਜੂਦਾ ਸੰਕਟ ਦੇ ਹੱਲ 'ਤੇ ਸੈਮੀਨਾਰ। 26 ਜਨਵਰੀ ਨੂੰ ਕਾਲੇ ਦਿਵਸ ਵਜੋਂ ਮਨਾਏ ਜਾਣ ਦੀਆਂ ਖਬਰਾਂ। ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਭਰ ਵਿੱਚ ਕੱਢਿਆ ਗਿਆ ਟਰੈਕਟਰ ਮਾਰਚ। ਚੰਡੀਗੜ੍ਹ ਦੀ ਮੇਅਰ ਦੀ ਸੀਟ ਖੋ ਕੇ ਭਾਜਪਾ ਨੇ ਦਿਖਾਇਆ ਸੱਤਾ ਦਾ ਜ਼ੋਰ। ਅਯੋਧਿਆ ਵਿੱਚ ਨਾਮਧਾਰੀਆਂ ਵੱਲੋਂ ਸਿੱਖੀ ਸਿਧਾਂਤਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਨੂੰ ਲੈ ਕੇ ਪੰਥਕ ਧਿਰਾਂ ਵਿੱਚ ਰੋਸ। ਹਿੰਦੁੱਤਵਾ ਦੀ ਨਿਗਾਹ ਹੁਣ ਅਜਮੇਰ ਸ਼ਰੀਫ ਦਰਗਾਹ 'ਤੇ। ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵਿੱਚ ਲੋਕਾਂ ਦੀ ਘਟੀ ਦਿਲਚਸਪੀ ਅਤੇ ਚਿੰਤਾ। ਮਹਾਰਾਜਾ ਦਲੀਪ ਸਿੰਘ ਵਿਰਾਸਤ ਨੂੰ ਮਿਲੀ 2 ਲੱਖ ਪਾਉਂਡ ਦੀ ਗ੍ਰਾਂਟ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਨੇ 2 ਸਾਲ ਲਈ ਕੌਮਾਂਤਰੀ ਵਿਦਿਆਰਥੀਆਂ 'ਤੇ ਲਾਈ ਪਾਬੰਦੀ। ਭਾਰਤ ਵੱਲੋਂ ਨਿੱਜਰ ਕਤਲ ਕੇਸ ਵਿੱਚ ਸਹਿਯੋਗ ਦੇਣ ਦੀ ਸ਼ਲਾਘਾ। ਸੈਨ ਫਰਾਂਸਿਸਕੋ ਅਮਰੀਕਾ ਵਿੱਚ ਹੋਏ ਰੈਫਰੈਂਡਮ ਵਿੱਚ ਦੇਖਣ ਨੂੰ ਮਿਲਿਆ ਲੋਕਾਂ ਦਾ ਭਾਰੀ ਉਤਸ਼ਾਹ। ਹੁਣ ਲੰਡਨ ਵਿੱਚ ਖਾਲਿਸਤਾਨੀਆਂ ਦੇ ਪ੍ਰਭਾਵ ਦਾ ਮੁਕਾਬਲਾ ਕਰੇਗਾ ਮੋਦੀ ਥਿੰਕ ਟੈਂਕ। ਪੰਨੂ ਕਤਲ ਦੀ ਸਾਜਿਸ਼ ਵਿੱਚ ਭਾਰਤ ਦੇ ਹੱਥ ਬਾਰੇ ਜਾਂਚ ਪੂਰੀ ਹੋਣ ਤੱਕ ਅਮਰੀਕਾ ਨੇ ਲਗਾਈ ਡਰੋਨਸ ਦੀ ਸਪਲਾਈ 'ਤੇ ਰੋਕ। ਹੁਣ ਜਾਣਦੇ ਹਾਂ ਇਹਨਾਂ ਖਬਰਾਂ ਨੂੰ ਹੀ ਵਿਸਥਾਰ ਵਿੱਚ। ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਜਾਇਆ ਗਿਆ ਨਗਰ ਕੀਰਤਨ। ਇਹਨਾਂ ਖੁਸ਼ਗਵਾਰ ਖਬਰਾਂ ਦੇ ਵਿੱਚ ਹੀ ਖਬਰ ਆਈ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਤਸਵੀਰ ਜ਼ਬਰੀ ਤਸਵੀਰ ਉਤਾਰਨ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਅਖਬਾਰਾਂ ਵਿੱਚ ਛਪੀ ਖਬਰ ਮੁਤਾਬਕ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਤਿਹਾਸਕ ਨਗਰ ਪਿੰਡ ਪਹੂਵਿੰਡ ਵਿਖੇ ਜੋੜ ਮੇਲਾ ਚੱਲ ਰਿਹਾ ਸੀ। ਇਸ ਜੋੜ ਮੇਲੇ ਵਿੱਚ ਇੱਕ ਪੰਡਾਲ ਤੋਂ, ਜਿੱਥੇ ਕੁਝ ਨੌਜਵਾਨ ਜੁੱਤੀਆਂ ਗੰਢਣ ਦੀ ਸੇਵਾ ਕਰ ਰਹੇ ਸਨ, ਇਹਨਾਂ ਨੌਜਵਾਨਾਂ ਵੱਲੋਂ ਪੰਡਾਲ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਹੋਈ ਸੀ। ਸੰਤਾਂ ਦੀ ਤਸਵੀਰ ਨੂੰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕਰਨਲ ਹਰਸਿਮਰਨ ਸਿੰਘ ਵੱਲੋਂ ਜ਼ਬਰਦਸਤੀ ਉਤਰਵਾ ਦਿੱਤਾ ਗਿਆ, ਜਿਸ ਤੋਂ ਬਾਅਦ ਦੋਵੇਂ ਧਿਰਾਂ ਵਿਚਕਾਰ ਭਾਰੀ ਤਕਰਾਰ ਹੋ ਗਿਆ। ਕਿਰਪਾਲਾਂ ਤੱਕ ਚੱਲੀਆਂ, ਜਿਸ ਵਿੱਚ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਗੱਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਹਰਪਾਲ ਸਿੰਘ ਬਲੇਰ ਅਤੇ ਆਗੂ ਭਾਈ ਰਣਜੀਤ ਸਿੰਘ ਉਦੋਕੇ ਮੌਕੇ 'ਤੇ ਪਹੁੰਚ ਕੇ ਹੀ ਉਹਨਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਕੰਪਲੈਕਸ ਨੂੰ ਨਿੱਜੀ ਜਾਇਦਾਦ ਦੱਸਣ ਅਤੇ ਸੰਤਾਂ ਦੀ ਫੋਟੋ ਨੂੰ ਜ਼ਬਰਦਸਤੀ ਉਤਰਵਾਉਣ ਨੂੰ ਬੇਹੱਦ ਨਿੰਦਣਯੋਗ ਕਿਹਾ। ਉਹਨਾਂ ਪ੍ਰਸ਼ਾਸਨ ਨੂੰ ਵੀ ਦਰਖਾਸਤ ਕੀਤੀ ਕਿ ਪ੍ਰਬੰਧਕ ਕਮੇਟੀ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਸੰਗਤ ਦੇ ਰੋਸ ਨੂੰ ਦੇਖ ਕੇ ਕਰਨਲ ਹਰਸਿਮਰਨ ਸਿੰਘ ਨੇ ਵੀਡੀਓ ਬਣਾਉਣ ਵਾਲਿਆਂ 'ਤੇ ਵੀਡੀਓ ਤੋੜ ਮਰੋੜ ਕੇ ਪੇਸ਼ ਕਰਨ ਦਾ ਆਰੋਪ ਲਗਾ ਕੇ ਮੀਡੀਆ ਸਾਹਮਣੇ ਮੁਆਫ਼ੀ ਵੀ ਮੰਗੀ। ਆਖਰ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮਿਲ ਕੇ ਮਸਲਾ ਸੁਲਝਾ ਲਿਆ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਦੀ ਹਾਜ਼ਰੀ ਵਿੱਚ ਹੀ ਜਨਮ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਸਵੀਰ ਬਾਕਾਇਦਾ ਲਗਵਾ ਦਿੱਤੀ। ਇਹ ਸਵਾਲ ਪੁੱਛੇ ਜਾ ਰਹੇ ਹਨ ਕਿ ਕਰਨਲ ਹਰੀ ਸਿੰਘ ਨੇ ਸੰਤਾਂ ਦੀ ਫੋਟੋ ਉਤਰਵਾਉਣ ਦੀ ਜ਼ਿੱਦ ਕਿਉਂ ਫੜੀ ਅਤੇ ਕਿਉਂ ਜ਼ਬਰਨ ਉਤਰਵਾਇਆ? ਕੀ ਇਹ ਜਾਣਬੁੱਝ ਕੇ ਮਾਹੌਲ ਵਿਗਾੜਨ ਦੀ ਸਾਜਿਸ਼ ਦਾ ਹਿੱਸਾ ਤਾਂ ਨਹੀਂ? ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਕੌਮ ਦੇ 20ਵੀਂ ਸਦੀ ਦੇ ਮਹਾਨ ਜਰਨੈਲ ਵਜੋਂ ਮੰਨਿਆ ਗਿਆ ਹੈ। ਉਹਨਾਂ ਦੀ ਯਾਦ ਵਿੱਚ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੁਰਦੁਆਰਾ ਸਾਹਿਬ ਵੀ ਸਥਾਪਿਤ ਕੀਤਾ ਗਿਆ ਹੈ। ਉਹਨਾਂ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲੱਗੀ ਹੋਈ ਹੈ ਅਤੇ ਪੰਜਾਬ ਦੇ ਸਾਰੇ ਗੁਰੂ ਘਰਾਂ ਵਿੱਚ ਲੱਗੀ ਹੋਈ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਰਗਾੜੀ, ਬਹਿਵਲ ਕਲਾਂ ਅਤੇ ਕੋਟਕਪੂਰਾ ਕਾਂਡ ਨੂੰ ਲੈ ਕੇ ਵਾਅਦਾ ਖਿਲਾਫੀ ਯਾਦ ਦਿਵਾਈ। ਆਮ ਆਦਮੀ ਪਾਰਟੀ ਦੇ ਹਲਕਾ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਅਤੇ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪਣੀ ਹੀ ਸਰਕਾਰ ਨੂੰ ਬਰਗਾੜੀ, ਬੇਅਦਬੀ, ਬਹਿਵਲ ਕਲਾਂ, ਕੋਟਕਪੂਰਾ ਕੇਸ ਨੂੰ ਲੈ ਕੇ ਕਟਘਰੇ ਵਿੱਚ ਖੜ੍ਹਾ ਕੀਤਾ ਹੈ। ਸਕਰੀਨ 'ਤੇ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ 'ਤੇ ਪਾਈ ਗਈ ਪੋਸਟ ਆਪ ਸਭ ਦੀ ਜਾਣਕਾਰੀ ਲਈ ਸਾਂਝੀ ਕਰ ਰਹੇ ਹਾਂ, ਜਿਸ ਵਿੱਚ ਭਗਵੰਤ ਮਾਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਣ ਤੁਹਾਡੇ PA ਵੀ ਮੇਰਾ ਫੋਨ ਸੁਣ ਕੇ ਰਾਜ਼ੀ ਨਹੀਂ, ਮੋਰਚੇ ਵਾਲਿਆਂ ਨਾਲ ਤੁਹਾਡਾ ਰਾਜ਼ੀਨਾਮਾ ਹੋ ਗਿਆ ਹੈ ਅਤੇ ਉਹਨਾਂ ਨੂੰ ਮੇਰੇ ਹੀ ਖਿਲਾਫ਼ ਕਾਨੂੰਨੀ ਦਾਅ ਪੇਸ਼ ਵਿੱਚ ਲਗਾ ਦਿੱਤਾ ਗਿਆ ਹੈ। ਦੋਸ਼ੀਆਂ ਦੇ ਵਕੀਲ, ਜਿਨ੍ਹਾਂ ਨੂੰ ਤੁਸੀਂ ਆਪਣੀ ਸਰਕਾਰ ਦੇ ਵੱਡੇ ਸਰਕਾਰੀ ਅਹੁਦੇ 'ਤੇ ਬਿਠਾਇਆ ਹੋਇਆ ਹੈ, ਮੈਨੂੰ ਅਤੇ ਮੇਰੇ ਪ੍ਰਾਈਵੇਟ ਵਕੀਲਾਂ ਨੂੰ ਚੰਗੀ ਤਰ੍ਹਾਂ ਟੱਕਰ ਦੇ ਰਹੇ ਹਨ। ਇਹ ਪੋਸਟ ਉਹਨਾਂ 29 ਜਨਵਰੀ ਦੀ ਫਰੀਦਕੋਟ ਦੀ ਸੁਣਵਾਈ ਤੋਂ ਪਹਿਲਾਂ ਪਾਈ ਸੀ ਅਤੇ ਪੋਸਟ ਦੀ ਭਾਸ਼ਾ ਤੋਂ ਲੱਗਦਾ ਹੈ ਕਿ ਉਹਨਾਂ ਨੂੰ ਅਹਿਸਾਸ ਹੋ ਚੁੱਕਿਆ ਹੈ ਕਿ ਕੋਰਟ ਦਾ ਫੈਸਲਾ ਵੀ ਕੀ ਹੋਵੇਗਾ। ਇਸੇ ਲਈ ਉਹ ਲਿਖਦੇ ਹਨ ਕਿ ਇਹ ਸਾਰਾ ਹਿਸਾਬ ਕਿਤਾਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਰੱਖਿਆ ਜਾ ਰਿਹਾ ਹੈ, ਜਿੱਥੋਂ ਇਨਸਾਫ ਦੀ ਮੈਨੂੰ ਪੂਰਨ ਆਸ ਹੈ। ਇਸ ਕੇਸ 'ਚ ਹੁਣ ਅਗਲੀ ਤਾਰੀਖ 5 ਫਰਵਰੀ ਦੀ ਪਈ ਹੈ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਬੇਅਦਬੀ ਮਾਮਲੇ ਵਿੱਚ ਦੋਸ਼ੀ IG ਪਰਮਰਾਜ ਸਿੰਘ ਉਮਰਾ ਨੰਗਲ ਦੀ ਬਹਾਲੀ ਦੇ ਹੁਕਮ ਜਾਰੀ ਕਰਨ ਦੀ ਖਬਰ ਵੀ ਇਸ ਹਫ਼ਤੇ ਦੀ ਅਹਿਮ ਖਬਰ ਰਹੀ। ਪਰਮਰਾਜ ਸਿੰਘ ਉਮਰਾ ਨੰਗਲ ਕੋਟਕਪੂਰਾ ਅਤੇ ਬਹਿਵਲ ਕਲਾਂ ਫਾਇਰਿੰਗ ਮਾਮਲੇ ਵਿੱਚ ਮੁਲਜ਼ਮ ਹਨ। ਇਸ ਬਹਾਲੀ ਨੂੰ ਪੰਥਕ ਹਲਕਿਆਂ ਵਿੱਚ ਨਮੋਸ਼ੀ ਵਜੋਂ ਲਿਆ ਗਿਆ ਹੈ। ਹੁਣ ਜਾਣਦੇ ਹਾਂ ਭਾਣਾ ਸਿੱਧੂ ਨੂੰ ਲੈ ਕੇ ਕੀ ਰੌਲਾ ਚੱਲ ਰਿਹਾ ਹੈ। ਕੌਣ ਹੈ ਭਾਣਾ ਸਿੱਧੂ? ਸਰਕਾਰ ਨੇ ਕਿਉਂ ਫਸਾਇਆ ਹੈ ਉਸਨੂੰ? ਕਿਉਂ ਉਸਦੇ ਹੱਕ ਵਿੱਚ ਸੜਕਾਂ 'ਤੇ ਉਤਰੇ ਲੋਕ? ਕਿਉਂ ਡਰੀ ਭਗਵੰਤ ਮਾਨ ਸਰਕਾਰ ਨੇ? ਚੱਕਾ ਜਾਮ ਤੋਂ ਪਹਿਲਾਂ ਹੀ ਕੀਤਾ ਕਈ ਆਗੂਆਂ ਨੂੰ ਗ੍ਰਿਫਤਾਰ। ਸੋਸ਼ਲ ਮੀਡੀਆ 'ਤੇ ਚਰਚਿਤ ਨੌਜਵਾਨ ਭਾਣਾ ਸਿੱਧੂ, ਜੋ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਪੰਜਾਬ ਦੀ ਭਲਾਈ ਲਈ ਪਿਛਲੇ ਸਮੇਂ ਤੋਂ ਆਵਾਜ਼ ਉਠਾਉਂਦਾ ਰਿਹਾ ਹੈ, ਉਸਦੇ ਖਿਲਾਫ਼ ਪੰਜਾਬ ਪੁਲਿਸ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਦਰਜ ਮਾਮਲਿਆਂ ਵਿੱਚ ਗ੍ਰਿਫਤਾਰੀ ਦੇ ਖਿਲਾਫ਼ ਵੱਧ ਰਹੇ ਲੋਕ ਰੋਸ ਤੋਂ ਪੰਜਾਬ ਸਰਕਾਰ ਨੂੰ ਪਸੀਨੇ ਆਉਣੇ ਸ਼ੁਰੂ ਹੋ ਗਏ ਹਨ। ਖਾਸ ਤੌਰ 'ਤੇ ਬਰਨਾਲਾ ਦੇ ਅਨਾਜ ਮੰਡੀ ਕੋਟ ਦੁੱਨਾ ਵਿਖੇ
ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਵਸਨੀਕਾਂ ਵੱਲੋਂ ਧਰਨੇ ਵਿੱਚ ਲੋਕਾਂ ਦੇ ਇਕੱਠ ਨੂੰ ਦੇਖ ਕੇ ਭਗਵੰਤ ਮਾਨ ਸਰਕਾਰ ਨੇ 31 ਜਨਵਰੀ ਨੂੰ ਹੋਣ ਵਾਲੇ ਚੱਕਾ ਜਾਮ ਇਕੱਠ ਨੂੰ ਰੋਕਣ ਲਈ ਦੋਹਲਾ ਫਾਟਕ ਧੁਰੀ ਵਿਖੇ ਕੀਤਾ ਜਾਣਾ ਸੀ ਤੋਂ ਪਹਿਲਾਂ ਹੀ ਲੋਕ ਸਭਾ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਦੀ ਰਿਹਾਇਸ਼ ਤੋਂ ਹੀ ਨਜ਼ਰਬੰਦ ਕਰ ਲਿਆ ਅਤੇ ਹੋਰ ਪੰਜਾਬ ਦੀਆਂ ਦਰਜਨਾਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਅਤੇ ਬਹੁਤ ਸਾਰੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪਹਿਲਾਂ ਬਰਨਾਲਾ ਵਾਲੇ ਰੋਸ ਧਰਨੇ ਵਿੱਚ ਪਾਣਾ ਸਿੱਧੂ ਤੋਂ ਇਲਾਵਾ ਬੰਦੀ ਸਿੰਘਾਂ ਅਤੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਪੰਜਾਬ ਦੇ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ। ਇਕੱਠ ਨੂੰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਿਮਰਨਜੀਤ ਸਿੰਘ ਮਾਨ, ਇਕਬਾਲ ਸਿੰਘ ਝੁੰਦਾ, ਪਰਮਿੰਦਰ ਸਿੰਘ ਢੀਂਡਸਾ, ਲੱਖਾ ਸਿਧਾਣਾ, ਪਰਮਿੰਦਰ ਸਿੰਘ ਝੋਟਾ ਅਤੇ ਗੁਰਚਰਨ ਸਿੰਘ ਨੇ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ 'ਤੇ ਆਰੋਪ ਲਗਾਇਆ ਕਿ ਉਹ ਪੰਜਾਬ ਦੇ ਹੱਕਾਂ ਲਈ ਬੋਲਣ ਵਾਲੇ ਨੌਜਵਾਨਾਂ ਦੀ ਆਵਾਜ਼ ਦਬਾਉਣ ਲਈ ਉਹਨਾਂ 'ਤੇ ਝੂਠੇ ਮਾਮਲੇ ਦਰਜ ਕਰਕੇ ਅੱਤਿਆਚਾਰ ਕਰ ਰਹੇ ਹਨ। ਇਸੇ ਮਾਮਲੇ ਨੂੰ ਲੈ ਕੇ ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਨੇ ਪਾਣਾ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਬਠਿੰਡਾ ਦੇ ਟੋਲ ਪਲਾਜ਼ਿਆਂ ਨੂੰ 2 ਘੰਟਿਆਂ ਲਈ ਟੋਲ ਮੁਕਤ ਕੀਤਾ ਸੀ। ਕਿਹਾ ਇਹ ਜਾ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਉਸਨੇ ਪੀੜਿਤ ਲੋਕਾਂ ਨੂੰ ਟਰੈਵਲ ਏਜੰਟਾਂ ਤੋਂ ਮਾਰੇ ਹੋਏ ਪੈਸੇ ਵੀ ਵਾਪਸ ਦਿਵਾਏ ਸੀ। ਉਸ ਨੂੰ ਉਹ ਸੋਸ਼ਲ ਮੀਡੀਆ 'ਤੇ ਪ੍ਰਚਾਰਦਾ ਵੀ ਸੀ। ਇਹਨਾਂ ਹੀ ਕਾਰਨਾਂ ਕਰਕੇ ਸਰਕਾਰ ਨੇ ਬਜਾਏ ਪੀੜਿਤ ਲੋਕਾਂ ਦੀ ਮਦਦ ਕਰਨ ਦੇ ਉਲਟਾ ਭਾਣੇ ਸਿੱਧੂ ਉੱਪਰ ਹੀ ਪੁਲਿਸ ਪ੍ਰਸ਼ਾਸਨ ਨੂੰ ਹੁਕਮ ਦੇ ਕੇ ਉਸ ਉੱਪਰ ਹੀ ਪਰਚੇ ਦਰਜ ਕਰਵਾ ਦਿੱਤੇ। ਇਸੇ ਹੀ ਮੁੱਦੇ ਨੂੰ ਲੈ ਕੇ ਗਰਮਾਈ ਸਿਆਸਤ 'ਤੇ ਚੱਲਦੇ ਅਜੀਤ ਨੇ ਖਬਰ ਛਾਪੀ ਹੈ ਕਿ ਲੱਗਦਾ ਹੈ ਕਿ ਪੰਜਾਬ ਇੱਕ ਵੱਡੇ ਗੈਰ ਸਿਆਸੀ ਸਮਾਜਿਕ ਅੰਦੋਲਨ ਵੱਲ ਵੱਧ ਰਿਹਾ ਹੈ ਕਿਉਂਕਿ ਲੋਕ ਮੁੱਦਿਆਂ ਨੂੰ ਨਜਿੱਠਣ ਸੰਬੰਧੀ ਸਰਕਾਰ ਅਸਫਲ ਰਹੀ ਹੈ। ਸਿਆਸੀ ਪਾਰਟੀਆਂ ਵੀ ਲੋਕ ਮੁੱਦਿਆਂ ਨਾਲ ਨਹੀਂ ਖੜਦੀਆਂ ਬਲਕਿ ਸੰਘਰਸ਼ ਤੋਂ ਪਾਸਾ ਹੀ ਵੱਟਦੀਆਂ ਹਨ। ਲੋਕ ਨਸ਼ਿਆਂ ਦੇ ਪ੍ਰਸਾਰ, ਟਰੈਵਲ ਏਜੰਟਾਂ ਦੀ ਲੁੱਟ, ਅਮਨ ਕਾਨੂੰਨ ਲਈ ਦਰਪੇਸ਼ ਚੁਣੌਤੀਆਂ ਵਗੈਰਾ ਮੁੱਦਿਆਂ ਨੂੰ ਲੈ ਕੇ ਸਰਕਾਰ ਦੀ ਅਸਫਲਤਾ ਤੋਂ ਇੰਨੇ ਨਿਰਾਸ਼ ਹਨ ਕਿ ਲੋਕਾਂ ਨੇ ਨਸ਼ਿਆਂ ਦੇ ਖਿਲਾਫ਼ ਅਤੇ ਟਰੈਵਲ ਏਜੰਟਾਂ ਨਾਲ ਜੁੜੇ ਹੋਏ ਮੁੱਦਿਆਂ ਨੂੰ ਲੈ ਕੇ ਸਿੱਧੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪਰਮਿੰਦਰ ਸਿੰਘ ਝੋਟਾ, ਲੱਖਾ ਸਿਧਾਣਾ ਅਤੇ ਹੁਣ ਭਾਣਾ ਸਿੱਧੂ ਇਹਨਾਂ ਹੀ ਲੋਕ ਮੁੱਦਿਆਂ 'ਤੇ ਸੰਘਰਸ਼ ਕਰਨ ਵਾਲੇ ਗੈਰ ਸਿਆਸੀ ਆਗੂ ਉਭਰੇ ਹਨ। ਇਹਨਾਂ ਨੂੰ ਮਿਲੇ ਲੋਕ ਸਮਰਥਨ ਨੂੰ ਦੇਖ ਕੇ ਆਮ ਲੋਕਾਂ ਵਿਚਲੇ ਰੋਸ ਨੂੰ ਦੇਖਿਆ ਜਾ ਸਕਦਾ ਹੈ। ਲੋਕਾਂ ਦਾ ਇੱਕ ਤਰ੍ਹਾਂ 'ਤੇ ਸਰਕਾਰੀ ਤੰਤਰ 'ਤੇ ਭਰੋਸਾ ਹੀ ਖਤਮ ਹੋ ਚੁੱਕਿਆ ਹੈ ਅਤੇ ਲੋਕ ਹੁਣ ਇਹਨਾਂ ਮੁੱਦਿਆਂ ਨਾਲ ਨਜਿੱਠਣ ਲਈ ਆਪ ਹੀ ਅੱਗੇ ਆ ਰਹੇ ਹਨ। ਪਰ ਕੀ ਇਹ ਰੁਝਾਨ ਸੂਬੇ ਲਈ ਖਤਰਨਾਕ ਨਹੀਂ? ਇਹ ਭਾਣਾ ਸਿੱਧੂ ਹੈ ਕੌਣ? ਟ੍ਰਿਬਿਊਨ ਵਿੱਚ ਹਰਬੰਸ ਪੁੱਚੋ ਨੇ ਲਿਖਿਆ ਹੈ ਕਿ ਭਾਣਾ ਸਿੱਧੂ ਅੱਜ ਭਗਵੰਤ ਮਾਨ ਸਰਕਾਰ ਦੀ ਬਦਲਾਖੋਰ ਅੱਖਾਂ ਵਿੱਚ ਰਿੜਕ ਰਿਹਾ ਹੈ, ਜਦਕਿ ਸੱਚ ਇਹ ਹੈ ਕਿ ਭਾਣਾ ਸਿੱਧੂ ਪੇਂਡੂ ਨੌਜਵਾਨਾਂ ਵਿੱਚ ਐਸਾ ਸਮਾਜ ਸੇਵੀ ਹੈ ਜੋ ਪੇਂਡੂ ਲੋਕਾਂ, ਮਜ਼ਲੂਮਾਂ, ਗਰੀਬਾਂ, ਨੌਜਵਾਨਾਂ, ਵਿਦਿਆਰਥੀਆਂ ਨਾਲ ਹੋ ਰਹੇ ਧੱਕੇ, ਨਸ਼ਿਆਂ ਖਿਲਾਫ਼, ਇਮੀਗ੍ਰੇਸ਼ਨ ਵਾਲਿਆਂ ਵੱਲੋਂ ਵੀਜ਼ੇ ਵਗੈਰਾ ਲਗਾਉਣ ਦਾ ਝਾਸਾ ਦੇ ਕੇ ਪੈਸੇ ਨੱਪਣ ਵਾਲਿਆਂ ਖਿਲਾਫ਼ ਆਵਾਜ਼ ਉਠਾ ਕੇ ਮਦਦ ਕਰਨ ਵਾਲਾ ਇਨਸਾਨ ਹੈ ਅਤੇ ਸਰਕਾਰ ਦੇ ਗਲਤ ਫੈਸਲਿਆਂ ਦੇ ਉਲਟ ਖੜਨ ਵਾਲਾ ਹੈ। ਇਸੇ ਕਰਕੇ ਸਰਕਾਰ ਦੀਆਂ ਅੱਖਾਂ ਵਿੱਚ ਇਹ ਰੜਕਦਾ ਹੈ। ਉਸ 'ਤੇ ਜੋ ਵੀ ਇਲਜ਼ਾਮ ਲਗਾਏ ਗਏ ਹਨ, ਇਸ ਦੇ ਵਿੱਚ ਕੋਈ ਸੱਚਾਈ ਨਹੀਂ। ਇਹ ਸਰਕਾਰ ਨੂੰ ਵੀ ਪਤਾ ਹੈ, ਪਰਚੇ ਕਰਾਉਣ ਵਾਲਿਆਂ ਨੂੰ ਵੀ ਪਤਾ ਹੈ, ਜਨਤਾ ਨੂੰ ਵੀ ਪਤਾ ਹੈ। ਇਸੇ ਕਰਕੇ ਅੱਜ ਕਿਸਾਨ ਜਥੇਬੰਦੀਆਂ, ਨੌਜਵਾਨ ਵਰਗ ਉਸ ਦੇ ਹੱਕ ਵਿੱਚ ਸੜਕਾਂ 'ਤੇ ਉਤਰ ਆਏ ਹਨ। ਦਲ ਖਾਲਸਾ ਅਤੇ ਮਾਨ ਦਲ ਵੱਲੋਂ ਅਤੇ ਵਿਦੇਸ਼ੀ ਧਰਤੀ 'ਤੇ ਸਿੱਖ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਕਾਲੇ ਦਿਵਸ ਵਜੋਂ ਮਨਾਏ ਜਾਣ ਦੀਆਂ ਰਿਪੋਰਟਾਂ ਵੀ ਅਖਬਾਰਾਂ ਵਿੱਚ ਛਪੀਆਂ। ਸੰਯੁਕਤ ਕਿਸਾਨ ਮੋਰਚੇ ਵੱਲੋਂ ਗਣਤੰਤਰ ਦਿਵਸ ਦੇ ਮੌਕੇ ਪੰਜਾਬ ਭਰ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਟਰੈਕਟਰ ਮਾਰਚ। ਮੋਦੀ ਸਰਕਾਰ ਵੱਲੋਂ ਦਿੱਲੀ ਮੋਰਚੇ ਵੇਲੇ
ਕਿਸਾਨਾਂ ਨਾਲ ਮੰਗਾਂ ਮੰਨਣ ਸੰਬੰਧੀ ਕੀਤੇ ਲਿਖਤੀ ਵਾਅਦੇ ਤੋਂ ਮੁਕਰ ਜਾਣ ਕਾਰਨ ਹੋਏ ਵਿਸ਼ਵਾਸਘਾਤ ਦੇ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵੱਲੋਂ ਗਣਤੰਤਰ ਦਿਵਸ ਦੇ ਮੌਕੇ ਪੰਜਾਬ ਭਰ ਵਿੱਚ ਜ਼ਿਲ੍ਹਾ ਅਤੇ ਤਹਿਸੀਲਾਂ ਵਿੱਚ 100 ਤੋਂ ਉੱਪਰ ਥਾਵਾਂ 'ਤੇ ਟਰੈਕਟਰ ਮਾਰਚ ਕੱਢਿਆ ਗਿਆ। ਪੰਜਾਬ ਦੀਆਂ ਟ੍ਰੇਡ ਯੂਨੀਅਨਸ ਦੇ ਨਾਲ ਨਾਲ ਜਨਤਕ ਜਥੇਬੰਦੀਆਂ ਨੇ ਵੀ ਇਹਨਾਂ ਨੂੰ ਭਰਪੂਰ ਸਮਰਥਨ ਦਿੱਤਾ, ਜਿਸ ਵਿੱਚ 10,000 ਤੋਂ ਵੱਧ ਟਰੈਕਟਰਾਂ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ ਕਿਸਾਨ ਖੇਤ ਮਜ਼ਦੂਰਾਂ ਦੇ ਕਰਜ਼ੇ 'ਤੇ ਲੀਕ ਮਾਰਨ, ਸਾਰੀ ਫਸਲਾਂ 'ਤੇ MSP 'ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ, ਖੇਤੀ ਲਾਗਤ ਵਸਤਾਂ ਦੀਆਂ ਕੀਮਤਾਂ ਘਟਾਉਣ, ਪ੍ਰੀਪੇਡ ਮੀਟਰਾਂ ਦੀ ਨੀਤੀ ਨੂੰ ਵਾਪਸ ਲੈਣ, ਸਰਲ ਅਤੇ ਸਰਕਾਰੀ ਫਸਲ ਬੀਮਾ ਯੋਜਨਾ ਲਾਗੂ ਕਰਨ, ਕਿਸਾਨ ਪਰਿਵਾਰਾਂ ਲਈ 10,000 ਰੁਪਏ ਮਹੀਨਾ ਪੈਨਸ਼ਨ ਸਕੀਮ ਲਾਗੂ ਕਰਨ, ਲਖੀਮਪੁਰ ਖੀਰੀ ਕਾਂਡ ਦੇ ਮੁੱਖ ਸਰਗਨੇ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੋਨੀ ਨੂੰ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਅਤੇ 4 ਲੇਬਰ ਕੋਡ ਨੂੰ ਰੱਦ ਕਰਨ ਦੇ ਨਾਲ ਨਾਲ ਬਿਜਲੀ, ਰੇਲਵੇ ਸਮੇਤ ਪਬਲਿਕ ਸੈਕਟਰ ਦੇ ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਨ ਦੀ ਮੰਗਾਂ ਨੂੰ ਲੈ ਕੇ ਦੇਸ਼ ਭਰ ਦੀਆਂ ਟ੍ਰੇਡ ਯੂਨੀਅਨਸ ਨੇ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਅਕਾਲੀ ਦਲ ਬਾਦਲ ਨੇ ਸ਼ੁਰੂ ਕੀਤਾ ਪੰਜਾਬ ਬਚਾਓ ਮਾਰਚ ਅਤੇ ਕਰਵਾਇਆ ਪੰਜਾਬ ਦੇ ਮੌਜੂਦਾ ਸੰਕਟ ਦੇ ਹੱਲ ਵਿਸ਼ੇ 'ਤੇ ਸੈਮੀਨਾਰ। ਚੋਣਾਂ ਦੀ ਤਿਆਰੀ ਵਿੱਚ ਅਕਾਲੀ ਦਲ ਬਾਦਲ ਹੁਣ ਪੰਜਾਬ ਦਾ ਸੰਕਟ ਅਤੇ ਉਸਦਾ ਹੱਲ ਤਲਾਸ਼ਣ ਦੀਆਂ ਗੱਲਾਂ ਕਰ ਰਿਹਾ ਹੈ। ਇਸ ਦੇ ਲਈ ਉਸਨੇ ਸੈਮੀਨਾਰਾਂ ਦੀ ਲੜੀ ਵੀ ਸ਼ੁਰੂ ਕੀਤੀ ਹੈ। ਇਸ ਦੀ ਪਹਿਲੀ ਕੜੀ ਵਿੱਚ ਅਨੰਦਪੁਰ ਸਾਹਿਬ ਦੇ ਖਾਲਸਾ ਕਾਲਜ ਵਿੱਚ ਬੀਤੇ ਹਫ਼ਤੇ ਪੰਜਾਬ ਦੇ ਮੌਜੂਦਾ ਸੰਕਟ ਦੇ ਹੱਲ ਵਿਸ਼ੇ 'ਤੇ ਸੈਮੀਨਾਰ ਆਯੋਜਿਤ ਕਰਕੇ ਕੀਤਾ ਗਿਆ। ਇਸ ਸੈਮੀਨਾਰ ਵਿੱਚ ਲੱਗੇ ਬੈਕਡ੍ਰੌਪ ਪੋਸਟਰ ਵਿੱਚ ਅਕਾਲੀ ਦਲ ਬਾਦਲ ਨੂੰ ਪੰਥ ਅਤੇ ਪੰਜਾਬ ਦੀ ਪਹਿਰੇਦਾਰ ਜਥੇਬੰਦੀ ਵਜੋਂ ਲਿਖਿਆ ਗਿਆ ਹੈ, ਜੋ ਲੱਗਦਾ ਹੈ ਪੰਜਾਬੀਅਤ ਦੀ ਪਾਰਟੀ ਬਣਨ ਤੋਂ ਬਾਅਦ ਦਾ ਇਹ ਯੂ ਟਰਨ ਹੈ। ਸੈਮੀਨਾਰ ਦੇ ਬੁਲਾਰਿਆਂ ਵਿੱਚ ਡਾਕਟਰ ਰਣਜੀਤ ਸਿੰਘ ਘੁੰਮਣ, ਡਾਕਟਰ ਰੌਣਕੀ ਰਾਮ, ਸਤਨਾਮ ਸਿੰਘ ਮਾਣਕ ਵਰਗੇ ਵਿਦਵਾਨ ਸ਼ਾਮਲ ਹੋਏ, ਜਿਨ੍ਹਾਂ ਦੀ ਸਾਰੀ ਗੱਲਬਾਤ ਦਾ ਨਿਚੋੜ ਇਹ ਸੀ ਕਿ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਖੇਤਰੀ ਰਾਜਨੀਤੀ ਦੇ ਬਿਰਤਾਂਤ ਨੂੰ ਜਲਵਾਗਰ ਕਰਨਾ ਪਵੇਗਾ ਅਤੇ ਅਕਾਲੀ ਦਲ ਨੂੰ ਅਣਡਿੱਠ ਕਰਕੇ ਪੰਜਾਬ ਦੀ ਰਾਜਨੀਤੀ ਦਾ ਪ੍ਰਸੰਗ ਸਿਰਜਣ ਦਾ ਕਿਆਸ ਵੀ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਅੱਗੇ ਸਿੱਖਾਂ ਦੇ ਧਾਰਮਿਕ ਹਿੱਤਾਂ ਅਤੇ ਖੇਤਰੀ ਰਾਜਨੀਤਿਕ ਮੁੱਦਿਆਂ ਦਰਮਿਆਨ ਸੰਤੁਲਨ ਬਣਾ ਕੇ ਚੱਲਣਾ ਵੱਡੀ ਜ਼ਿੰਮੇਵਾਰੀ ਹੈ। ਲੇਕਿਨ ਸੈਮੀਨਾਰ ਦੇ ਕਿਸੇ ਵੀ ਵਕਤਾ ਨੇ ਇਹ ਨਹੀਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਸ਼ਰ ਕਿਉਂ ਹੋਇਆ ਹੈ, ਪੰਜਾਬ ਦਾ ਇਹ ਹਸ਼ਰ ਕਿਸਨੇ ਕੀਤਾ ਹੈ। ਇਸ ਦਾ ਜ਼ਿਕਰ ਮੈਂ ਆਉਣ ਵਾਲੀ ਕਿਸੇ ਵੀਡੀਓ ਵਿੱਚ ਜ਼ਰੂਰ ਕਰਾਂਗਾ। ਚੰਡੀਗੜ੍ਹ ਦੀ ਮੇਅਰ ਦੀ ਸੀਟ 'ਤੇ ਆਪ ਅਤੇ ਕਾਂਗਰਸ ਦੇ ਗਠਜੋੜ ਦੇ ਬਾਵਜੂਦ ਭਾਜਪਾ ਨੇ ਕਬਜ਼ਾ ਕਰ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਪ੍ਰਿਜ਼ਾਈਡਿੰਗ ਅਫਸਰ ਨੇ ਭਾਜਪਾ ਨੂੰ ਨਜਾਇਜ਼ ਫਾਇਦਾ ਪਹੁੰਚਾਉਣ ਲਈ ਬੈਲਟ ਪੇਪਰਾਂ ਨਾਲ ਛੇੜਛਾੜ ਕੀਤੀ ਹੈ ਅਤੇ ਬਿਨਾਂ ਕਾਰਨ ਦੱਸੇ 8 ਵੋਟਾਂ ਅਯੋਗ ਕਰਾਰ ਦੇ ਦਿੱਤੀਆਂ। ਵੱਡੀ ਗਿਣਤੀ ਵਿੱਚ ਵੋਟਾਂ ਦੇ ਅਯੋਗ ਹੋ ਜਾਣਾ ਹੀ ਆਪਣੇ ਆਪ ਵਿੱਚ ਸ਼ੱਕ ਸੂਬੇ ਨੂੰ ਜਨਮ ਦਿੰਦਾ ਹੈ ਅਤੇ ਚੋਣ ਅਮਲ 'ਤੇ ਸਵਾਲੀਆ ਨਿਸ਼ਾਨ ਵੀ ਖੜ੍ਹੇ ਕਰਦਾ ਹੈ। ਪਾਰਦਰਸ਼ਿਤਾ ਤਾਂ ਇੰਨੀ ਰੱਖੀ ਗਈ ਕਿ ਕਾਂਗਰਸ ਅਤੇ ਆਪ ਦੇ ਏਜੰਟਾਂ ਨੂੰ ਬੈਲਟ ਪੇਪਰਾਂ ਦੀ ਜਾਂਚ ਤੱਕ ਨਹੀਂ ਕਰਨ ਦਿੱਤੀ ਗਈ। ਖੈਰ, ਕਾਂਗਰਸ ਅਤੇ ਆਪ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ, ਜੋ ਮੇਅਰ ਦਾ ਮੁਕਾਬਲਾ ਹਾਰ ਚੁੱਕੇ ਹਨ, ਨੇ ਇਸ ਚੋਣ ਨਤੀਜੇ ਨੂੰ ਹਾਈਕੋਰਟ ਵਿੱਚ ਚੁਣੌਤੀ ਦੇ ਦਿੱਤੀ ਹੈ। ਅਯੋਧਿਆ ਵਿੱਚ ਨਾਮਧਾਰੀਆਂ ਵੱਲੋਂ ਸਿੱਖੀ ਸਿਧਾਂਤਾਂ ਨੂੰ ਚੁਣੌਤੀ ਦੇਣ ਵਾਲੀਆਂ ਜੋ ਗੱਲਾਂ ਕਹੀਆਂ ਗਈਆਂ ਹਨ, ਉਸ ਸੰਬੰਧੀ ਪਹਿਰੇਦਾਰ ਵਿੱਚ ਗੁਰਿੰਦਰਪਾਲ ਸਿੰਘ ਧਨੌਲਾ ਦਾ ਇੱਕ ਲੇਖ ਛਪਿਆ ਹੈ, ਜਿਸ ਵਿੱਚ ਲੇਖਕ ਪੰਥ ਦੇ ਜਥੇਦਾਰਾਂ ਤੋਂ ਸਵਾਲ ਪੁੱਛਦਾ ਹੈ ਕਿ ਮੀਡੀਏ ਵਿੱਚ ਇਹ ਵੀਡੀਓਜ਼ ਕਈ ਦਿਨਾਂ ਤੋਂ ਆਮ ਚੱਲ ਰਹੀਆਂ ਹਨ, ਹੁਣ ਤੱਕ ਇਹਨਾਂ ਦੇ ਖਿਲਾਫ਼ ਕੋਈ ਐਕਸ਼ਨ ਕਿਉਂ ਨਹੀਂ ਲਿਆ ਗਿਆ? ਹੁਣ ਤਾਂ ਸਿਰਿਓਂ ਪਾਣੀ ਲੰਘ ਚੁੱਕਿਆ ਹੈ, ਨਾਮਧਾਰੀਆਂ ਦੀ ਨਕੇਲ ਕੌਣ ਕਸੇਗਾ? ਇਹ ਉਨਵਾਨ ਹੈ ਇਸ ਲੇਖ ਦਾ ਅਤੇ ਇਸ ਲੇਖ ਵਿੱਚ ਲੇਖਕ ਲਿਖਦਾ ਹੈ
ਕਿ ਨਾਮਧਾਰੀਆਂ ਨੇ ਮਰਿਆਦਾ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਹਾਲਾਂਕਿ ਇਹਨਾਂ ਕਦੇ ਵੀ ਪੰਥ ਦੀ ਸੁਰ ਵਿੱਚ ਸੁਰ ਨਹੀਂ ਮਿਲਾਈ, ਪਰੰਤੂ ਹੁਣ ਠਾਕੁਰ ਦਲੀਪ ਸਿੰਘ ਜਾਂ ਠਾਕੁਰ ਉਦੈ ਸਿੰਘ ਦੇ ਨਾਮਧਾਰੀ ਸੰਪਰਦਾ ਦੇ ਮੁਖੀ ਬਣਨ ਦੇ ਬਾਅਦ ਇਹਨਾਂ ਸਾਰੇ ਹੀ ਹੱਦਬੰਨੇ ਪਾਰ ਕਰ ਲਏ ਹਨ। ਇਹਨਾਂ RSS ਵਰਗੇ ਕੱਟੜਵਾਦੀ ਹਿੰਦੁੱਤਵੀ ਜਮਾਤ ਦੇ ਏਜੰਡੇ ਨੂੰ ਲਾਗੂ ਕਰਨ ਵਾਸਤੇ ਹੁਣ ਗੁਰੂ ਨਾਨਕ ਨੂੰ ਸ਼੍ਰੀ ਰਾਮ ਚੰਦਰ ਦਾ ਅਵਤਾਰ ਕਹਿਣ ਦੇ ਨਾਲ ਨਾਲ ਸਿੱਖ ਨੂੰ ਹਿੰਦੂਆਂ ਦਾ ਬੀਜ ਕਹਿਣ ਤੋਂ ਰੱਤਾ ਭਰ ਵੀ ਸ਼ਰਮ ਮਹਿਸੂਸ ਨਹੀਂ ਕੀਤੀ। ਇਹ ਸਿੱਖ ਮਰਿਆਦਾ ਰਹਿਤ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਸਿੱਧੀ ਚੁਣੌਤੀ ਦੇਣ 'ਤੇ ਉਤਰ ਆਏ ਹਨ। ਇਹ ਸ਼੍ਰੀ ਰਾਮ, ਸ਼੍ਰੀ ਕ੍ਰਿਸ਼ਨ ਅਤੇ ਸ਼੍ਰੀ ਗੁਰੂ ਸਾਹਿਬਾਨਾਂ ਦਾ ਵੀ ਅਪਮਾਨ ਕਰ ਰਹੇ ਹਨ। ਠਾਕੁਰ ਦਲੀਪ ਸਿੰਘ ਦੇ ਸੂਬਾ ਨਾਮ ਦੇ ਇੱਕ ਚੇਲੇ ਨੇ ਅਯੋਧਿਆ ਵਿੱਚ ਖੜ੍ਹੇ ਹੋ ਕੇ ਸਪਸ਼ਟ ਲਫ਼ਜ਼ਾਂ ਵਿੱਚ ਮੀਡੀਆ ਨੂੰ ਆਖਿਆ ਸੀ, ਸਾਡਾ ਸਾਰਾ ਵੰਸ਼ ਭਗਵਾਨ ਰਾਮ ਚੰਦਰ ਤੋਂ ਹੀ ਚੱਲਦਾ ਹੈ। ਇਸ ਦਾ ਇੱਕ ਹੋਰ ਸਾਥੀ ਨਾਮਧਾਰੀ ਕਹਿੰਦਾ ਹੈ, ਅਸੀਂ ਹਿੰਦੂਆਂ ਤੋਂ ਸਿੱਖ ਬਣੇ ਹਾਂ, ਸਾਡਾ ਬੀਜ ਹਿੰਦੂ ਹੈ। ਜਿਵੇਂ ਸਾਡੇ ਗੁਰੂ ਦਲੀਪ ਸਿੰਘ ਹਨ, ਉਸ ਤਰ੍ਹਾਂ ਹੀ ਭਗਵਾਨ ਰਾਮ ਜੀ, ਭਗਵਾਨ ਕ੍ਰਿਸ਼ਨ ਜੀ ਵੀ ਸਾਡੇ ਗੁਰੂ ਹਨ। ਅਸੀਂ ਹਿੰਦੂ ਹਾਂ ਅਤੇ ਹਮੇਸ਼ਾ ਹਿੰਦੂਆਂ ਦੇ ਨਾਲ ਖੜ੍ਹੇ ਰਹਾਂਗੇ। ਇਹ ਬੁਲਾਰਾ ਅੱਗੇ ਕਛਹਿਰੇ ਦੀ ਵਿਆਖਿਆ ਕਰਦਾ ਹੋਇਆ ਕੁਫਰ ਤੋਲਦਾ ਹੈ ਕਿ ਧੋਤੀ ਨੂੰ ਕੱਟ ਕੇ ਇਹ ਕਛਹਿਰਾ ਬਣਾਇਆ ਹੈ ਜੋ ਅਸੀਂ ਪਹਿਨਦੇ ਹਾਂ। ਹਿੰਦੁੱਤਵਾ ਦੀ ਨਿਗਾਹ ਹੁਣ ਅਜਮੇਰ ਸ਼ਰੀਫ ਦੀ ਦਰਗਾਹ 'ਤੇ ਹੈ। ਇਸ ਸੰਬੰਧੀ ਜਾਂਚ ਲਈ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਇਹ ਦਰਗਾਹ ਨਹੀਂ ਬਲਕਿ ਹਿੰਦੂ ਮੰਦਰ ਹੈ। ਆਪ ਸਭ ਨੂੰ ਪਤਾ ਹੀ ਹੋਣਾ ਹੈ, ਪਹਿਲਾਂ ਹੀ ਮਥੁਰਾ ਦੀ ਕ੍ਰਿਸ਼ਨ ਭੂਮੀ ਨਾਲ ਲੱਗਦੀ ਸ਼ਾਹੀ ਈਦਗਾਹ ਮਸਜਿਦ ਕੰਪਲੈਕਸ 'ਤੇ ਵੀ ਮੰਦਰ ਦੇ ਦਾਅਵੇ ਦਾ ਕੇਸ ਚੱਲ ਰਿਹਾ ਹੈ, ਜਿਸ 'ਤੇ ਅਗਲੀ ਸੁਣਵਾਈ ਸੁਪਰੀਮ ਕੋਰਟ ਨੇ ਅਪ੍ਰੈਲ ਤੱਕ ਟਾਲ ਦਿੱਤੀ ਹੈ। ਇਸੇ ਤਰ੍ਹਾਂ ਵਾਰਾਣਸੀ ਦਾ ਗਿਆਨ ਵਿਆਪੀ ਮਾਮਲਾ ਵੀ ਅਦਾਲਤ ਵਿੱਚ ਵਿਚਾਰਾਧੀਨ ਹੈ। ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਵਿੱਠਲ ਘਾਟ ਦੀ ਜ਼ਮੀਨ 'ਤੇ ਭੂ ਮਾਫੀਆ ਨੇ ਕਬਜ਼ਾ ਕਰ ਲਿਆ ਹੈ, ਜਿਸ ਕਰਕੇ ਸਿੱਖ ਉਸ ਗੁਰਦੁਆਰੇ ਵਿੱਚ ਕਾਫੀ ਸਮੇਂ ਤੋਂ ਕੋਈ ਗੁਰਪੁਰਬ ਨਹੀਂ ਮਨਾ ਸਕੇ। ਜ਼ਿਕਰਯੋਗ ਹੈ, ਇਸ ਕਬਜ਼ੇ ਨੂੰ ਛੁਡਾਉਣ ਲਈ ਪ੍ਰਸ਼ਾਸਨ ਬਿਲਕੁਲ ਹੀ ਸਾਥ ਨਹੀਂ ਦੇ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਨੂੰ ਲੈ ਕੇ ਪੰਜਾਬ ਵਾਸੀਆਂ ਵਿੱਚ ਕੋਈ ਉਤਸ਼ਾਹ ਨਹੀਂ ਦਿਖਾਈ ਦੇ ਰਿਹਾ। ਅਖਬਾਰਾਂ ਵਿੱਚ ਛਪੇ ਅੰਕੜਿਆਂ ਮੁਤਾਬਕ ਇਸ 30 ਜਨਵਰੀ ਤੱਕ ਸਮੁੱਚੇ ਪੰਜਾਬ ਵਿੱਚ ਸਿਰਫ 15,06,000 ਵੋਟਾਂ ਹੀ ਬਣੀਆਂ, ਜਦਕਿ ਸਾਲ 2011 ਵਿੱਚ ਇਹ ਅੰਕੜਾ 51,86,000 ਵੋਟਾਂ ਦਾ ਸੀ। ਹਾਲਾਂਕਿ ਐਤਕੀ ਵੋਟਾਂ ਵਿੱਚ ਵਾਧਾ ਹੋਣਾ ਚਾਹੀਦਾ ਸੀ, ਲੇਕਿਨ ਇਸ ਦੇ ਉਲਟ ਉਸ ਵਕਤ ਨਾਲੋਂ ਐਤਕੀ ਹੁਣ ਤੱਕ ਸਿਰਫ 29% ਵੋਟਾਂ ਹੀ ਬਣੀਆਂ ਹਨ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਨਵੀਂ ਪੀੜ੍ਹੀ ਇਹਨਾਂ ਵੋਟਾਂ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ। ਜ਼ਿਕਰਯੋਗ ਹੈ, ਸ਼੍ਰੋਮਣੀ ਕਮੇਟੀ ਦੀ ਹਰ ਚੋਣ ਤੋਂ ਪਹਿਲਾਂ ਨਵੇਂ ਸਿਰਿਓਂ ਸਾਰੀਆਂ ਵੋਟਾਂ ਬਣਦੀਆਂ ਹਨ। ਮਹਾਰਾਜਾ ਦਲੀਪ ਸਿੰਘ ਦੀ ਵਿਰਾਸਤ ਨੂੰ ਦਰਸਾਉਣ ਲਈ ਥੈਟਫੋਰਡ ਅਜਾਇਬ ਘਰ ਨੂੰ 2 ਲੱਖ ਪਾਉਣ ਦੀ ਗ੍ਰਾਂਟ। ਅਜੀਤ ਵਿੱਚ ਛਪੀ ਖਬਰ ਮੁਤਾਬਕ ਪੰਜਾਬ ਦੇ ਆਖਰੀ ਸਿੱਖ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੇ ਬੇਟੇ ਫਰੈਡਰਿਕ ਦਲੀਪ ਸਿੰਘ ਵੱਲੋਂ ਥੈਟਫੋਰਡ ਕੌਂਸਲ ਨੂੰ 1924 ਵਿੱਚ ਅਜਾਇਬ ਘਰ ਬਣਾਉਣ ਲਈ ਦਾਨ ਕੀਤੇ ਆਪਣੇ ਨਿੱਜੀ ਘਰ ਦੀ 100ਵੀਂ ਵਰੇਗੰਢ ਮੌਕੇ ਰਾਸ਼ਟਰੀ ਲਾਟਰੀ ਵਿਰਾਸਤੀ ਫੰਡ ਵੱਲੋਂ ਲਗਭਗ 2 ਲੱਖ ਪਾਉਣ ਦੀ ਗ੍ਰਾਂਟ ਦਿੱਤੀ ਗਈ ਹੈ, ਜਿਸ ਨੂੰ ਮਹਾਰਾਜਾ ਦਲੀਪ ਸਿੰਘ ਦੇ ਪਰਿਵਾਰ ਦੇ ਜੀਵਨ ਨੂੰ ਪ੍ਰਦਰਸ਼ਿਤ ਕਰਨ ਲਈ ਅਗਲੇ 2 ਸਾਲਾਂ ਵਿੱਚ ਵਰਤਿਆ ਜਾਵੇਗਾ। ਮਹਾਰਾਜਾ ਰਣਜੀਤ ਸਿੰਘ ਵੱਲੋਂ 1799 ਵਿੱਚ ਖਾਲਸਾ ਰਾਜ ਸਥਾਪਿਤ ਕੀਤਾ ਗਿਆ ਸੀ ਅਤੇ ਮਹਾਰਾਜਾ ਦਲੀਪ ਸਿੰਘ 1849 ਤੱਕ 5 ਸਾਲ ਦੀ ਉਮਰ 'ਚ ਬਾਦਸ਼ਾਹ ਬਣਿਆ ਸੀ, ਜਿਸ ਨੂੰ ਅੰਗਰੇਜ਼ ਅਗਵਾ ਕਰਕੇ ਬੰਦੀ ਬਣਾ ਕੇ ਇੰਗਲੈਂਡ ਲੈ ਗਏ ਸਨ। ਤਸਵੀਰ ਵਿੱਚ ਥੈਟਫੋਰਡ ਦਾ ਅਜਾਇਬ ਘਰ
ਫਰੈਡਰਿਕ ਦਲੀਪ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦੀ ਖੁੰਡੀ ਦਿਖਾਈ ਗਈ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ 'ਤੇ 2 ਸਾਲ ਲਈ ਪਾਬੰਦੀ ਲਗਾਈ। ਰਾਇਟਰਸ ਦੇ ਹਵਾਲੇ ਨਾਲ ਅਖਬਾਰ ਨੇ ਛਾਪਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਪ੍ਰਾਈਵੇਟ ਸਿਖਲਾਈ ਸੰਸਥਾਵਾਂ ਵਿੱਚ ਘੱਟੋ ਘੱਟ ਭਾਸ਼ਾ ਦੀਆਂ ਲੋੜਾਂ ਨੂੰ ਲਾਗੂ ਕਰਨ ਅਤੇ ਲੇਬਰ ਮਾਰਕੀਟ ਦੀਆਂ ਲੋੜਾਂ ਅਤੇ ਡਿਗਰੀ ਗੁਣਵੱਤਾ ਲਈ ਉੱਚ ਮਾਪਦੰਡ ਨਿਰਧਾਰਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬੇਈਮਾਨ ਸੰਸਥਾਵਾਂ ਦੁਆਰਾ ਸ਼ੋਸ਼ਣ ਕੀਤੇ ਜਾਣ ਤੋਂ ਬਚਾਇਆ ਜਾ ਸਕੇ ਅਤੇ ਸੂਬੇ ਵਿੱਚ ਪੋਸਟ ਸੈਕੰਡਰੀ ਸਿੱਖਿਆ ਨੂੰ ਸੁਧਾਰਿਆ ਜਾ ਸਕੇ। ਨਿੱਜਰ ਕਤਲ ਕੇਸ ਵਿੱਚ ਹੁਣ ਭਾਰਤ ਸਹਿਯੋਗ ਦੇਣ ਲੱਗਾ ਹੈ। ਖਬਰਾਂ ਮੁਤਾਬਕ ਕੈਨੇਡਾ ਦੀ ਸਾਬਕਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੋਡੀ ਥਾਮਸ ਨੇ CTV ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਭਾਰਤ ਵੱਲੋਂ ਖਾਲਿਸਤਾਨੀ ਨੇਤਾ ਭਾਈ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਮਾਮਲੇ ਵਿੱਚ ਸਹਿਯੋਗ ਦੇਣ ਨਾਲ ਭਾਰਤ ਕੈਨੇਡਾ ਦੇ ਵਿਚਕਾਰ ਦੁਵੱਲੇ ਰਿਸ਼ਤਿਆਂ ਵਿੱਚ ਬਦਲਾਅ ਦੀ ਨਵੀਂ ਸ਼ੁਰੂਆਤ ਹੋਈ ਹੈ। ਅਖਬਾਰਾਂ ਵਿੱਚ ਇਹ ਵੀ ਖਬਰ ਛਪੀ ਹੈ ਕਿ ਸੈਨ ਫਰਾਂਸਿਸਕੋ ਵਿੱਚ ਖਾਲਿਸਤਾਨ ਲਈ ਹੋਏ ਜਨਮਤ ਸੰਗ੍ਰਹਿ ਲਈ ਵੋਟਾਂ ਪਾਉਣ ਵਾਲਿਆਂ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਸੀ ਕਿ ਵੋਟਿੰਗ ਜੋ 9 ਵਜੇ ਸ਼ੁਰੂ ਹੋਣੀ ਸੀ ਪਰ ਸਵੇਰੇ 4 ਵਜੇ ਤੋਂ ਹੀ ਲੋਕ ਵੋਟਿੰਗ ਸੈਂਟਰ ਦੇ ਬਾਹਰ ਲਾਈਨਾਂ ਲਗਾ ਕੇ ਖੜ੍ਹੇ ਹੋ ਗਏ ਸਨ ਅਤੇ ਵੋਟਿੰਗ ਇੰਨੀ ਪਈ ਕਿ ਵੋਟਿੰਗ ਖਤਮ ਹੋਣ ਦੇ ਸਮੇਂ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਵੋਟ ਪਾਉਣ ਤੋਂ ਵਾਂਝੇ ਰਹਿ ਗਏ ਜਿਸ ਨੂੰ ਦੇਖਦਿਆਂ ਹੋਇਆਂ ਰੈਫਰੈਂਡਮ ਦੇ ਪ੍ਰਬੰਧਕਾਂ ਨੂੰ 31 ਮਾਰਚ ਨੂੰ ਵੋਟਿੰਗ ਦਾ ਦੂਜਾ ਦੌਰ ਨਿਰਧਾਰਿਤ ਕਰਨਾ ਪਿਆ। ਅਖਬਾਰ ਲਿਖਦਾ ਹੈ ਕਿ ਰੈਫਰੈਂਡਮ ਦੀ ਵੋਟ ਦਾ ਟੀਚਾ ਇਹ ਨਿਰਧਾਰਿਤ ਕਰਨਾ ਹੈ ਕਿ ਮਾਮਲੇ ਨੂੰ ਸੰਯੁਕਤ ਰਾਸ਼ਟਰ ਸੰਘ ਵਿੱਚ ਲਿਆਉਣ ਤੋਂ ਪਹਿਲਾਂ ਅੰਦੋਲਨ ਨੂੰ ਕਿੰਨਾ ਸਮਰਥਨ ਪ੍ਰਾਪਤ ਹੈ। ਖਾਲਿਸਤਾਨੀਆਂ ਦੇ ਮੁਕਾਬਲੇ ਲਈ ਲੰਡਨ ਵਿੱਚ ਮੋਦੀ ਥਿੰਕ ਟੈਂਕ ਬਣਿਆ। ਪਹਿਰੇਦਾਰ ਦੀ ਖਬਰ ਦੇ ਮੁਤਾਬਕ ਸਿੱਖ ਫੈਡਰੇਸ਼ਨ UK ਵੱਲੋਂ ਸਿੱਖਾਂ ਦੇ ਮਸਲੇ ਨੂੰ ਕੌਮਾਂਤਰੀ ਪੱਧਰ 'ਤੇ ਚੁੱਕਣ ਦੀ ਰਾਜਨੀਤੀ ਦਾ ਮੁਕਾਬਲਾ ਕਰਨ ਅਤੇ ਕੱਟੜ ਹਿੰਦੁੱਤਵ ਵਿਚਾਰਧਾਰਾ ਦੀ UK ਵਿੱਚ ਹੋ ਰਹੀ ਆਲੋਚਨਾ ਨੂੰ ਠੱਲ ਪਾਉਣ ਲਈ ਲੰਡਨ ਵਿੱਚ ਮੋਦੀ ਪੱਖੀ ਥਿੰਕ ਟੈਂਕ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪੰਨੂ ਕਤਲ ਦੀ ਸਾਜਿਸ਼ ਵਿੱਚ ਜਾਂਚ ਪੂਰੀ ਹੋਏ ਬਗੈਰ ਅਮਰੀਕਾ ਭਾਰਤ ਨੂੰ ਡਰੋਨ ਸਪਲਾਈ ਨਹੀਂ ਕਰੇਗਾ। June 2023 ਦੀ ਡੀਲ ਦੇ ਮੁਤਾਬਕ ਭਾਰਤ ਨੇ ਅਮਰੀਕਾ ਤੋਂ $3 ਅਰਬ ਦੇ 31 MQ-9A ਗਾਰਜੀਅਨ ਅਤੇ ਸਕਾਈ ਗਾਰਜੀਅਨ ਡਰੋਨ ਲੈਣੇ ਸੀ ਲੇਕਿਨ ਅਮਰੀਕਾ ਨੇ ਹੁਣ ਪੰਨੂ ਕਤਲ ਦੀ ਸਾਜਿਸ਼ ਦੀ ਜਾਂਚ ਪੂਰੀ ਹੋਣ ਤੋਂ ਪਹਿਲਾਂ ਇਹ ਸਪਲਾਈ ਰੋਕ ਦਿੱਤੀ ਹੈ। ਇਸ ਸਾਜਿਸ਼ ਵਿੱਚ ਭਾਰਤ ਦੇ ਹੱਥ ਨੂੰ ਲੈ ਕੇ ਅਮਰੀਕਾ ਨੇ ਸਾਫ਼ ਕਹਿ ਦਿੱਤਾ ਹੈ ਕਿ ਜਦ ਤੱਕ ਸਾਰਥਕ ਜਾਂਚ ਪੂਰੀ ਨਹੀਂ ਹੁੰਦੀ ਸੌਦਾ ਅੱਗੇ ਨਹੀਂ ਵਧੇਗਾ। ਕਿਹਾ ਜਾ ਰਿਹਾ ਹੈ ਕਿ ਇਸ ਦਾ ਅਸਰ ਭਾਰਤ ਵੱਲੋਂ ਖਰੀਦੇ ਜਾ ਰਹੇ 6 ਬੋਇੰਗ P-8I ਲੰਮੀ ਦੂਰੀ ਦੇ ਸਮੁੰਦਰੀ ਗਸ਼ਤੀ ਜਹਾਜ਼ਾਂ ਦੀ ਸਪਲਾਈ 'ਤੇ ਵੀ ਪਵੇਗਾ। ਇਹ ਸਨ ਬੀਤੇ ਹਫ਼ਤੇ ਦੀਆਂ ਕੁਝ ਪੰਜਾਬੀ ਅਖਬਾਰਾਂ ਵਿੱਚ ਛਪੀਆਂ ਪੰਥ ਅਤੇ ਪੰਜਾਬ ਦੀਆਂ ਖਬਰਾਂ। ਤੁਹਾਨੂੰ ਕਿਵੇਂ ਲੱਗਿਆ ਇਹ ਸਾਰਾ ਉਪਰਾਲਾ? ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਲਿਖ ਕੇ ਸਾਨੂੰ ਦੱਸੋ ਅਤੇ ਸੁਝਾਓ ਵੀ ਦਿਓ। ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਸਬਸਕ੍ਰਾਈਬ ਕਰਕੇ ਸਾਡੀ ਹੌਸਲਾ ਅਫਜ਼ਾਈ ਜ਼ਰੂਰ ਕਰੋ। ਇਸੇ ਨਾਲ ਦਿਓ ਇਜਾਜ਼ਤ। ਹੱਸਦੇ ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ। ਵੀਡੀਓ ਦੇਖਣ ਸੁਣਨ ਲਈ ਆਪ ਸਭ ਦਾ ਧੰਨਵਾਦ। ਪਾਓ ਸਾਂਝ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।